ਭਵਾਨੀਗੜ੍ਹ ਦੇ ਬੱਸ ਸਟੈਂਡ ਦਾ ਅੱਜ ਰਾਜ ਸਭਾ ਮੈਂਬਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਉਦਘਾਟਨ ਕੀਤਾ। ਇਸ ਦੇ ਨਾਲ ਹੀ ਨਗਰ ਕੌਂਸਲ ਨੂੰ ਬੀ ਗ੍ਰੇਡ ਦੀ ਨਗਰ ਪਾਲਿਕਾ ਦਾ ਦਰਜਾ ਦੇਣ ਦੀ ਨੋਟੀਫਿਕੇਸ਼ਨ ਦੀ ਕਾਪੀ ਨਗਰ ਕੌਂਸਲ ਦੇ ਪ੍ਰਧਾਨ ਪ੍ਰੇਮ ਚੰਦ ਗਰਗ ਨੂੰ ਸਰਦਾਰ ਢੀਂਡਸਾ ਅਤੇ ਸ੍ਰੀ ਗਰਗ ਨੇ ਸੌਂਪੀ। ਇਸ ਮੌਕੇ ਸਰਦਾਰ ਢੀਂਡਸਾ ਨੇ ਕਿਹਾ ਕਿ ਜਿੰਨਾ ਵਿਕਾਸ ਭਵਾਨੀਗੜ੍ਹ ਦੇ ਵਿੱਚ ਹੋਇਆ ਉਸਦਾ ਸਿਹਰਾ ਸਿਰਫ ਅਤੇ ਸਿਰਫ ਬਾਬੂ ਪ੍ਰਕਾਸ਼ ਚੰਦ ਗਰਗ ਨੂੰ ਜਾਂਦਾ ਹੈ ਅਤੇ ਉਹੀ ਇੱਥੋਂ ਦੀ ਨੁਮਾਇੰਦਗੀ ਕਰਨਗੇ, ਜਿਨ੍ਹਾਂ ਨੇ ਹਮੇਸ਼ਾ ਮੁੱਖ ਮੰਤਰੀ ਕੋਲ ਇਲਾਕੇ ਦੀਆਂ ਮੰਗਾਂ ਨੂੰ ਜਿੱਦ ਕਰਕੇ ਮਨਵਾਇਆ। ਇਸ ਲਈ ਜੋ ਕੰਮ ਗਰਗ ਕਰ ਸਕਦੇ ਨੇ ਕੋਈ ਨਹੀਂ ਕਰਵਾ ਸਕਦਾ। ਜਿੰਨੀਆਂ ਮੰਗਾਂ ਭਵਾਨੀਗੜ੍ਹ ਦੀਆਂ ਮੰਨੀਆਂ ਗਈਆਂ ਨੇ, ਅੱਜ ਤੱਕ ਕਿਸੇ ਸ਼ਹਿਰ ਦੀਆਂ ਇੰਨੀਆਂ ਜਲਦੀ ਮੰਨੀਆਂ ਨਹੀਂ ਗਈਆਂ। ਔਰ ਤੁਹਾਡਾ ਵਕੀਲ ਤਕੜਾ, ਇਹ ਗੱਲ ਗੁੱਲ ਪੈ ਕੇ ਕਰਾਉਣਾ। ਜਿਹੜੇ ਵੱਡੇ ਮਸਲੇ ਸੀ ਸਾਰੇ ਹੱਲ ਹੋ ਗਏ, ਛੋਟੇ ਮੋਟੇ ਮਸਲੇ ਤਾਂ ਹਮੇਸ਼ਾ ਰਹਿਣਗੇ। ਇਹ ਨਹੀਂ ਹੈ ਕਿ ਅੱਜ ਹੀ ਸਾਰਾ ਕੁਝ ਖਤਮ ਹੋ ਜਾਏ, ਤਾਂ ਚਾਹੇ ਤੁਸੀਂ ਸਾਰਾ ਕੁਝ ਹੋ ਜਾਏ, ਉਹ ਵੀ ਮੰਗਾਂ ਤਾਂ ਰਹਿੰਦੀਆਂ ਰਹਿੰਦੀਆਂ ਨੇ, ਕਿਉਂਕਿ ਹੋਰ ਆਉਣੀਆਂ ਜਾਣਗੀਆਂ। ਲੇਕਿਨ ਵੱਡੇ ਮਸਲੇ ਸਾਰੇ ਦੇ ਸਾਰੇ ਤਕਰੀਬਨ ਹੱਲ ਹੋ ਗਏ। ਜਿਹੜਾ ਬਣਿਆ ਵੀ ਸੀ ਉਹ ਤਾਂ ਤੁਹਾਨੂੰ ਪਤਾ ਹੀ, ਉੱਥੇ ਤਾਂ ਪਾਣੀ ਕੱਢਦਾ ਸੀ, ਕੁਛ ਨਹੀਂ ਸੀ, ਕੋਈ ਨਹੀਂ ਸੀ ਹੋ ਰਿਹਾ। ਉਹ ਤਾਂ 4 ਕਰੋੜ ਰੁਪਈਆ ਸੈਂਕਸ਼ਨ ਹੋ ਕੇ ਉਹਦਾ ਅੱਜ ਮੈਂ ਨੀਂਹ ਪੱਥਰ ਰੱਖਣ ਆ ਰਿਹਾ, ਉਹਨਾਂ ਸ਼ੁਰੂ ਹੋ ਜਾਏਗਾ। ਔਰ ਮੈਂ ਸਮਝਦਾ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਉਹਨੂੰ ਕੰਪਲੀਟ ਕਰਨ ਦੀ, ਬਹੁਤ ਵੱਡੀ ਮੰਗ ਸੀ। ਮਿਊਨਸਪਲ ਕਮੇਟੀ ਦਾ 2 ਨੰਬਰ 'ਤੇ ਆਉਣਾ ਇਹ ਬਹੁਤ ਵੱਡੀ ਪ੍ਰਾਪਤੀ ਹੈ। ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਕਾਰ ਵੀ ਮਿਲੇਗੀ ਪ੍ਰਧਾਨ ਨੂੰ, ਮੁਲਾਜ਼ਮਾਂ ਨੂੰ ਵੀ ਮਿਲੇਗੀ, ਮਲਮਲਨ ਤਨਖਾਹ ਵੀ ਮਿਲਣਗੀਆਂ, ਜੋ ਹੈਗੀ ਸ਼ਹਿਰ ਨੂੰ ਵੀ ਬਹੁਤ ਵੱਡੀ ਉਹਦੀਆਂ ਹੋਣਗੀਆਂ। ਉਹ ਤਾਂ ਕੀ ਕਾਨੂੰਨ ਉਹਦੇ ਅੰਡਰ ਹੈ ਉਹ ਤਾਂ ਇਹ ਪਤਾ ਲੈ ਲਓ ਕੀ ਕੁਛ ਹੋ ਸਕਦਾ, ਲੇਕਿਨ ਬਹੁਤ ਵੱਡੀ ਪ੍ਰਾਪਤੀ ਹੈ। ਮੁੱਖ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਇਸ ਮੌਕੇ ਕਿਹਾ ਕਿ ਉਹਨਾਂ ਨੂੰ ਇਲਾਕੇ ਦੇ ਲੋਕਾਂ ਨੇ ਆਪਣਾ ਨੁਮਾਇੰਦਾ ਬਣਾ ਕੇ ਵਿਧਾਨ ਸਭਾ 'ਚ ਭੇਜਿਆ ਸੀ ਅਤੇ ਮੈਂ ਉਹਨਾਂ ਦਾ ਸੇਵਕ ਬਣ ਕੇ ਇਲਾਕੇ ਦੀ ਸੇਵਾ ਕੀਤੀ। ਉਹਨਾਂ ਕਿਹਾ ਕਿ ਉਹਨਾਂ ਭਵਾਨੀਗੜ੍ਹ ਸ਼ਹਿਰ ਦੇ ਸਾਰੇ ਕੰਮ ਪੂਰੇ ਕਰਵਾ ਦਿੱਤੇ ਨੇ। ਦੇਖੋ, ਜਿੱਥੋਂ ਤੱਕ ਤਾਂ ਮੇਰੇ ਹਲਕੇ ਦਾ ਅਤੇ ਭਵਾਨੀਗੜ੍ਹ ਦਾ ਸਵਾਲ ਹੈ, ਮੰਗਾਂ ਤਾਂ ਬਹੁਤ ਜ਼ਿਆਦਾ ਹੁੰਦੀਆਂ ਵੀ ਨੇ ਅਤੇ ਹੋਣੀਆਂ ਚਾਹੀਦੀਆਂ ਵੀ ਨੇ, ਪਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਔਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਔਰ ਖਾਸ ਕਰਕੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਦਾ ਹਮੇਸ਼ਾ ਮੇਰੇ ਸਿਰ 'ਤੇ ਹੱਥ ਰਿਹਾ ਹੈ ਕਿ ਜਦੋਂ ਵੀ ਮੈਂ ਆਪਣੇ ਹਲਕੇ ਦੀ ਕੋਈ ਵੀ ਡਿਮਾਂਡ ਲੈ ਕੇ ਗਿਆ, ਇਹਨਾਂ ਨੇ ਹਮੇਸ਼ਾ ਉਹਨੂੰ ਪੂਰਾ ਕਰਿਆ ਹੈਗਾ। ਅਤੇ ਭਵਾਨੀਗੜ੍ਹ ਦੇ ਵਿੱਚ ਤਾਂ ਇਸ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਕਦੇ ਸੋਚੇ ਨਹੀਂ ਸੀਗੇ ਕਿ ਇੱਥੇ ਅਨਾਜ ਮੰਡੀ ਵੀ ਅਸੀਂ ਬਣਾਉਣ 'ਚ ਸਫਲ ਹੋ ਗਏ, ਸਬਜ਼ੀ ਮੰਡੀ ਅਸੀਂ ਨਵੀਂ ਬਣਾਤੀ, ਭਵਾਨੀਗੜ੍ਹ ਦੇ ਪਾਣੀ ਦਾ ਨਿਕਾਸ ਜਿਹੜਾ ਬਹੁਤ ਵੱਡੀ ਸਮੱਸਿਆ ਸੀ ਉਹ ਵੀ ਢੀਂਡਸਾ ਸਾਹਿਬ ਦੀ ਕਿਰਪਾ ਦੇ ਨਾਲ ਉਹਦਾ ਹੱਲ ਹੋ ਗਿਆ। ਸਟੇਡੀਅਮ ਜਿਹੜਾ ਹਮੇਸ਼ਾ ਆਪਾਂ ਨੂੰ ਪਤਾ ਹੈ ਕਿ ਢੀਂਡਸਾ ਸਾਹਿਬ ਖੇਡਾਂ ਨੂੰ ਬੜਾ ਪਿਆਰ ਕਰਦੇ ਨੇ, ਸਪੋਰਟਸਮੈਨ ਨੂੰ, ਉਹਨੂੰ ਧਿਆਨ 'ਚ ਰੱਖਦੇ ਹੋਏ ਬਹੁਤ ਹੀ ਆਧੁਨਿਕ ਕਿਸਮ ਦਾ ਸਟੇਡੀਅਮ ਜਿਹੜਾ ਹੈ ਭਵਾਨੀਗੜ੍ਹ ਦੇ ਵਿੱਚ ਬਣ ਰਿਹਾ। ਇਹਦੇ ਨਾਲ ਹੀ ਮੈਡੀਟੇਸ਼ਨ ਅਤੇ ਯੋਗਾ ਹਾਲ ਲਈ ਵਿਸ਼ੇਸ਼ ਤੌਰ 'ਤੇ 50 ਲੱਖ ਰੁਪਇਆ ਪ੍ਰਵਾਨ ਹੋਇਆ। ਅੱਜ ਦਾ ਜਿਹੜਾ ਪ੍ਰੋਜੈਕਟ ਹੈ ਬੱਸ ਅੱਡੇ ਦਾ, ਇਹਦੇ ਨਵੇਂ ਬੱਸ ਅੱਡੇ ਦੀ ਜਿਹੜੀ ਉਸਾਰੀ ਹੈ ਉਹਦੇ ਕੰਮ ਦੀ ਇਹ ਸ਼ੁਰੂਆਤ ਅੱਜ ਕਰਾਉਣ ਲਈ ਆਏ ਨੇ। ਬਹੁਤ ਅਨਾਦਰ ਕਿਸਮ ਦਾ ਬਣਨਾ, 4 ਕਰੋੜ ਰੁਪਏ ਦੀ ਲਾਗਤ ਹੈ। ਔਰ ਅੱਜ ਸਾਡੇ ਲਈ ਮੈਂ ਸਮਝਦਾ ਇਤਿਹਾਸਕ ਦਿਨ ਹੈ ਭਵਾਨੀਗੜ੍ਹ ਦੀ, ਕਿ ਭਵਾਨੀਗੜ੍ਹ ਦੀ ਨਗਰ ਕੌਂਸਲ 61 ਸਾਲ ਤੋਂ ਬਾਅਦ ਉਸਦਾ ਜਿਹੜਾ ਸਟੇਟਸ ਹੈ ਉਹ ਅਪਗ੍ਰੇਡ ਹੋ ਰਿਹਾ। ਮਾਣਯੋਗ ਢੀਂਡਸਾ ਸਾਹਿਬ ਅੱਜ ਉਸ ਜੋ ਸਾਡਾ ਨਗਰ ਕੌਂਸਲ ਅਪਗ੍ਰੇਡ ਹੋਈ ਹੈ ਉਹਦੇ ਨੋਟੀਫਿਕੇਸ਼ਨ ਦੀ ਕਾਪੀ ਹੈ ਆਪਣੇ ਘਰ ਕਮਾਂ ਦੇ ਨਾਲ ਸਾਨੂੰ ਦੇ ਕੇ ਜਾਣਗੇ। ਜਿਨ੍ਹਾਂ 'ਚ ਪਾਣੀ ਦਾ ਨਿਕਾਸ, ਮੈਰੀਟੋਰੀਅਸ ਸਕੂਲ, 2 ਆਦਰਸ਼ ਸਕੂਲ, ਸਟੇਡੀਅਮ, ਮੰਡੀ, ਗਲੀਆਂ ਨਾਲੀਆਂ ਪੱਕੀਆਂ, ਬੱਸ ਸਟੈਂਡ ਆਦਿ, ਜਿਨ੍ਹਾਂ ਨੂੰ ਉਹਨਾਂ ਨੇ ਪੂਰਾ ਕਰਵਾ ਕੇ ਉਹਨਾਂ ਲੋਕਾਂ ਦੇ ਮੂੰਹ ਬੰਦ ਕਰਵਾ ਦਿੱਤੇ ਨੇ ਜੋ ਕਹਿੰਦੇ ਸੀ ਕਿ ਇੱਥੇ ਕੋਈ ਵਿਕਾਸ ਕੰਮ ਨਹੀਂ ਹੋਣਾ। ਉਹਨਾਂ ਕਿਹਾ ਕਿ ਉਹ ਹਲਕੇ ਦੇ ਕਿਸੇ ਵੀ ਕੰਮ ਲਈ ਢੀਂਡਸਾ ਸਾਹਿਬ ਅਤੇ ਬਾਦਲ ਸਾਹਿਬ ਕੋਲ ਗਏ, ਉਹਨਾਂ ਸਾਰਿਆਂ ਕੰਮਾਂ ਨੂੰ ਪੂਰਾ ਕਰ ਦਿੱਤਾ। ਉਹਨਾਂ ਕਿਹਾ ਕਿ ਅਕਾਲੀ ਦਲ ਆਪਣੇ ਵਿਕਾਸ ਕੰਮਾਂ ਦੇ ਸਿਰ 'ਤੇ 3ਵੀ ਵਾਰ ਸਰਕਾਰ ਬਣਾਵੇਗਾ। ਗਰਗ ਨੇ ਕਿਹਾ ਕਿ ਭਵਾਨੀਗੜ੍ਹ ਦੇ ਹਸਪਤਾਲ ਨੂੰ ਜਲਦੀ ਹੀ ਪੂਰੀਆਂ ਸਹੂਲਤਾਂ ਵਾਲੇ ਪੰਜਾਬ ਦੇ 100 ਹਸਪਤਾਲਾਂ ਦੀ ਲਿਸਟ ਵਿੱਚ ਪਾ ਲਿਆ ਜਾਵੇਗਾ। ਇਸ ਮੌਕੇ ਗੁਰਬਚਨ ਸਿੰਘ ਬੱਚੀ, AM ਪਾਵਰਕੌਮ, ਨਗਰ ਕੌਂਸਲ ਦੇ ਪ੍ਰਧਾਨ ਪ੍ਰੇਮ ਚੰਦ ਗਰਗ, ਗੁਰਤੇਜ ਸਿੰਘ ਝਨੇੜੀ, ਤੇਜਾ ਸਿੰਘ ਕਮਾਲਪੁਰੀ ਔਰ ਰਮੇਸ਼ ਕੁਮਾਰ, ਟਰੱਕ ਯੂਨੀਅਨ ਦੇ ਪ੍ਰਧਾਨ ਗੁਰਤੇਜ ਸਿੰਘ ਝਨੇੜੀ, ਕੁਲਵੰਤ ਸਿੰਘ ਜੌਲੀਆ, ਮਾਰਕੀਟ ਕਮੇਟੀ ਦੇ ਚੇਅਰਮੈਨ ਰਵਜਿੰਦਰ ਸਿੰਘ ਕਾਕੜਾ, ਬਲਜਿੰਦਰ ਸਿੰਘ ਗੋਗੀ ਵਾਈਸ ਚੇਅਰਮੈਨ ਮਾਰਕੀਟ ਕਮੇਟੀ, ਬੱਬੀ ਵੜੈਚ ਮੀਤ ਪ੍ਰਧਾਨ ਅਕਾਲੀ ਦਲ ਮਾਲਵਾ ਜ਼ੋਨ 2, ਪ੍ਰਿਤਪਾਲ ਸਿੰਘ ਗਿੱਲ ਅਕਾਲੀ ਦਲ ਦੇ ਸ਼ਹਿਰੀ ਵਿੰਗ ਦੇ ਪ੍ਰਧਾਨ, ਠੇਕੇਦਾਰ ਰਵਿੰਦਰ ਸਿੰਘ, ਅਵਤਾਰ ਸਿੰਘ ਤੁਰ, ਗੋਲਡੀ ਤੁਰ, ਇੰਦਰਜੀਤ ਸਿੰਘ ਤੁਰ, ਹਰਵਿੰਦਰ ਸਿੰਘ ਕਾਕੜਾ, ਮਾਲਵਿੰਦਰ ਸਿੰਘ ਮਾਲਾ ਸਰਪੰਚ, ਰਘਵੀਰ ਸਿੰਘ ਰਾਜਪੁਰਾ ਮਸਾਣੀ, ਗੱਗੀ ਸਰਪੰਚ ਸੰਗਤਪੁਰ ਛੰਨਾ, ਨਿਹਾਲ ਸਿੰਘ ਨੰਦਗੜ੍ਹ ਛੰਨਾ, ਜੈਬ ਸਿੰਘ ਗੈਲ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਦੇਹਾਤੀ,
संजीव कुमार भाजपा आगू, कृष्ण कुमार हरियाणा वाले, मनदीप सिंह दीपी मौजूद सन। भवानीगढ़ तो आजाद टीवी न्यूज़ के लिए मनोज शर्मा की रिपोर्ट।